ਲਗਾਤਾਰ ਪੈ ਰਹੀ ਬਰਸਾਤ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ, ਉੱਥੇ ਹੀ ਕਈ ਮਕਾਨਾਂ ਦੀਆਂ ਛੱਤਾਂ ਵੀ ਢਹਿ ਢੇਰੀ ਹੋ ਰਹੀਆਂ ਹਨ। ਇਸੇ ਮੀਂਹ ਕਾਰਨ ਸੰਗਤ ਮੰਡੀ ਦੇ ਇੱਕ ਗਰੀਬ ਦਿਹਾੜੀਦਾਰ ਮਜ਼ਦੂਰੀ ਕਰਦੇ ਵਿਅਕਤੀ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸਦੇ ਘਰ ਦਾ ਸਾਰਾ ਸਮਾਨ ਮਲਬੇ ਹੇਠ ਆਉਣ ਕਾਰਨ ਨੁਕਸਾਨਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬੱਗੜ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਘਰ ਵਿੱਚ ਹੀ ਘਰ ਦਾ ਕੰਮ ਕਰ ਰਹੇ ਸਨ, ਜਦਕਿ ਉਹਨਾਂ ਦਾ ਮਾਸੂਮ ਬੱਚਾ ਮਕਾਨ ਦੇ ਅੰਦਰ ਹੀ ਖੇਡ ਰਿਹਾ ਸੀ। ਉਹਨਾਂ ਦੱਸਿਆ ਕਿ ਅਚਾਨਕ ਹੀ ਮਕਾਨ ਦੀ ਛੱਤ ਡਿੱਗ ਗਈ ਤੇ ਬੱਚੇ ਨੂੰ ਬੜੀ ਜੱਦੋਜਹਿਦ ਦੇ ਬਾਹਰ ਮਲਬੇ ਹੇਠੋਂ ਕੱਢਿਆ ਗਿਆ। ਇਸ ਮੌਕੇ ਮੰਡੀ ਵਾਸੀ ਬਲਵੀਰ ਸਿੰਘ ਅਤੇ ਪੰਚਾਇਤ ਮੈਂਬਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਮਕਾਨ ਮਾਲਕ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਦੁਬਾਰਾ ਆਪਣਾ ਰਹਿਣ ਬਸੇਰਾ ਬਣਾ ਸਕੇ। ਸੰਗਤ ਕਰਾਂ ਜੀ, ਇਹ ਗਰੀਬ ਪਰਿਵਾਰ ਦੇ ਦੋਨਾਂ ਪਰਿਵਾਰਾਂ ਦੇ ਮਕਾਨ ਡਿੱਗ ਪਏ, ਜੋ ਕਿ ਛੋਟੇ ਬੱਚਾ ਵਿੱਚ ਦੱਬਿਆ ਗਿਆ ਸੀ। ਉਹਨਾਂ ਨੂੰ ਅਸੀਂ ਸਾਰੇ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਇਹਨਾਂ ਦੀ ਪਹਿਲਾਂ ਉੱਥੋਂ ਕੱਢ ਕੇ ਇਹਨੂੰ ਬੱਚੇ ਨੂੰ ਤੇ ਹੋਸਪਿਟਲ ਲੈ ਕੇ ਗਏ। ਇਹਦੀ ਬੱਚੇ ਨੂੰ ਫਸਟ ਟ੍ਰੀਟਮੈਂਟ ਦਵਾਇਆ ਜੀ। ਇਹਨਾਂ ਦਾ ਪੂਰਾ ਸਮਾਨ ਹੈ ਜਿਹੜਾ ਸਾਰਾ ਤਹਿਸ ਨਹਿਸ ਹੋ ਚੁੱਕਿਆ। ਬਹੁਤ ਗਰੀਬ ਪਰਿਵਾਰ ਹੈ ਜੀ ਅਤੇ ਕਿਸੇ ਪਾਸੇ ਦੇ ਰਹੇ। ਅਸੀਂ ਇਹੀ ਮੰਗ ਚਾਹੁੰਦੇ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਸੰਗਤ ਕਲਾਂ ਵਿਖੇ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਇੱਕ ਬੱਚਾ ਜ਼ਖਮੀ ਆ ਗਿਆ। ਲੋਕਾਂ ਨੇ ਇੱਥੇ ਨਾਲ ਕੰਮ ਚੱਲ ਰਿਹਾ ਸੀ, ਉੱਥੋਂ ਆ ਕੇ ਉਹਨੂੰ ਕੱਢਿਆ ਤਾਂ ਹਸਪਤਾਲ ਪਹੁੰਚਾਇਆ ਗਿਆ। ਥੋੜ੍ਹੀਆਂ ਬਹੁਤੀਆਂ ਸੱਟਾਂ ਲੱਗੀਆਂ। ਇੱਕ ਗਰੀਬ ਪਰਿਵਾਰ ਦਾ ਜਿੰਨਾ ਵੀ ਸਮਾਨ ਸੀਗਾ ਸਾਰਾ ਟੁੱਟ ਗਿਆ। ਗਰੀਬ ਇੰਨਾ ਮਾਹੌਲ ਗਮਹੀਨ ਹੋ ਗਿਆ ਕਿ ਸਾਰਾ ਪਿੰਡ ਇੱਥੇ ਪਹੁੰਚਿਆ ਗਾ। ਇਹਨਾਂ ਦਾ ਸਮਾਨ ਚੱਕਿਆ, ਥੱਲਿਓਂ ਕੱਢਿਆ ਅਤੇ ਸਾਰਾ ਟੁੱਟ ਗਿਆ। ਇਹ ਤਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ, ਇਹ ਗਰੀਬ ਨੇ ਪਹਿਲਾਂ ਹੀ ਲੋਨ ਲੈ ਕੇ ਆਪਣਾ ਮਕਾਨ ਪਾਇਆ ਸੀਗਾ, ਕਿਸੇ ਨੇ ਪਸ਼ੂ ਵੇਚਿਆ ਸੀਗਾ। ਦੋ ਪਰਿਵਾਰਾਂ ਦੀਆਂ ਛੱਤਾਂ ਟੁੱਟ ਗਈਆਂ। ਇਹ ਤਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ, ਇਹਨਾਂ ਨੂੰ ਮੁਆਵਜ਼ਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।